ਦੇਖੋ ਪੰਜਾਬ ਸਰਕਾਰ ਨੇ ਵਿਕਰਮ ਸਿੰਘ ਮਜੀਠੀਆ ਤੇ ਜਿਹੜੀ ਐਫਆਈਆਰ ਦਰਜ ਕੀਤੀ ਹੈ ਬਿਲਕੁਲ ਫੇਕ ਝੂਠੀ ਆਪਣਾ ਸਿਰਫ ਪੋਲਿਟੀਕਲ ਮੋਟਿਵ ਜਿਹੜਾ ਵਾ ਉਹ ਸਿੱਧਾ ਕਰਨ ਵਾਸਤੇ ਇਹ ਕੀਤੀ ਹੈ ਕਿਉਂਕਿ ਗੁਰੂ ਮਹਾਰਾਜ ਦੀ ਬੇਅਦਬੀ ਇੱਕ ਦਿਨ ਪਹਿਲਾਂ ਹੁੰਦੀ ਹੈ ਉਹਦੇ ਤੋਂ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਕਿਉਂਕਿ ਲੋਕ ਬਹੁਤ ਦਰਦ ਫੀਲ ਕਰਦੇ ਪਏ ਸੀ ਲੋਕਾਂ ਦੇ ਹਿਰਦੇ ਬਲੁੰਦਰੇ ਗਏ ਇਨ ਡੇਰਿੰਗ ਸਟੈਪ ਇਸ ਸਰਕਾਰ ਦੇ ਵਿੱਚ ਕਿ ਅੱਜ ਤੱਕ ਜਿਹੜਾ ਆਪਾਂ ਸੋਚ ਨਹੀਂ ਸਕਦੇ ਉਹ ਘਟਨਾ ਹੋ ਗਈ ਦੁਰਘਟਨਾ ਚਲੋ ਉੱਥੇ ਸੁਚੇਤ ਸੀਗੇ ਜਿਹੜੇ ਸੇਵਾਦਾਰ ਬੈਠੇ ਸੀ ਉਹਨਾਂ ਨੇ ਉਹਨੂੰ ਦਬੋਚ ਲਿਆ ਤੇ ਬਾਲ ਬਾਲ ਮਹਾਰਾਜ ਜੀ ਦਾ ਉੱਥੇ ਸਾਡਾ ਸਭ ਦਾ ਸਵਾਰਦ ਭਾਈਚਾਰਾ ਗੁਰੂ ਮਹਾਰਾਜ ਨੇ ਹੱਥ ਦੇ ਕੇ ਰੱਖਿਆ ਨਹੀਂ ਤੇ ਪਤਾ ਨਹੀਂ ਕੀ ਹੋ ਜਾਂਦਾ ਕਿਉਂਕਿ ਇੱਥੇ ਸਭ ਤੋਂ ਉੱਚਾ ਸਥਾਨ ਪੰਜਾਬੀਆਂ ਦਾ ਪੂਰੀ ਦੁਨੀਆ ਦੇ ਵਿੱਚ ਰਹਿਣ ਵਾਲੇ ਪੰਜਾਬੀਆਂ ਦਾ ਇਹ ਹਰਮੰਦਰ ਸਾਹਿਬ ਗੁਰਨਾਮ ਦਾਸ ਦੇ ਇਹ ਚਰਨਿਆਂ ਪਰ ਇੱਥੇ ਵੀ ਇਹ ਪਰ ਉਹਦੇ ਤੇ ਧਿਆਨ ਹਟਾਉਣ ਤੇ ਕਿਉਂਕਿ ਕੋਈ ਇਹਨਾਂ ਦੇ ਹੱਥ ਨਹੀਂ ਇਸ ਵੇਲੇ ਕੁਝ ਇਹਨਾਂ ਨੂੰ ਪਤਾ ਨਹੀਂ ਆ ਕੌਣ ਸੀ ਕਿੱਥੋਂ ਕੋਈ ਇਹਨਾਂ ਦਾ ਉਹਦੇ ਤੇ ਧਿਆਨ ਨਹੀਂ ਉਹਦੇ ਤੋਂ ਧਿਆਨ ਟਾਉਣ ਵਾਸਤੇ ਤੇ ਨਾਲ ਜਿਹੜਾ ਇਹਨਾਂ ਨੇ 5 ਸਾਲ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਕਰਜ਼ੇ ਮਾਫ਼ ਦੀ ਨੌਕਰੀਆਂ ਦੇਣ ਦੀ ਸਾਰੀਆਂ ਜੋ ਝੂਠ ਬੋਲਣ ਤੋਂ ਬਾਅਦ ਇਹਨਾਂ ਨੇ ਸਰਕਾਰ ਹੁਣ ਜਿਹੜੀ ਸਿੱਧੂ ਦੇ ਪ੍ਰੈਸ਼ਰ ਦੇ ਵਿੱਚ ਇੱਕੋ ਇੱਕ ਇਹਨਾਂ ਨੂੰ ਲੱਭਾ ਵੀ ਵਿਕਰਮ ਸਿੰਘ ਮਜੀਠੀਆ ਦੇ ਪਰਚਾ ਦਰਜ ਕਰਦੀ ਇਹ ਤੇ ਲੋਕਾਂ ਦਾ ਧਿਆਨ ਇੱਧਰ ਲਾ ਦੀਏ ਕੈਪਟਨ ਮਨਿੰਦਰ ਸਿੰਘ ਜਿਹੜੇ ਪੌਣੇ 5 ਸਾਲ ਚੀਫ ਮਿਨਿਸਟਰ ਰਿਹਾ ਉਹਨਾਂ ਦਾ ਬਿਆਨ ਆ ਗਿਆ ਵੀ ਉੱਤੇ ਕੋਈ ਨਹੀਂ ਬੰਦਾ ਅੱਜ ਤੱਕ ਕਿਸੇ ਨੇ ਹਿੰਮਤ ਨਹੀਂ ਕੀਤੀ ਜਿੰਨੇ ਐਸਐਸਪੀਜ਼ ਆ ਜਿੰਨੇ ਆਫੀਸਰ ਆ ਤਿੰਨ ਡੀਜੀਪੀ ਬਦਲੇ ਇਹਨਾਂ ਨੇ ਪੰਜਾਬ ਦੇ ਵਿੱਚ ਸਰਕਾਰ ਨੇ ਸਿੱਧੂ ਦੇ ਪ੍ਰੈਸ਼ਰ ਦੇ ਵਿੱਚ ਇਹਨਾਂ ਨੇ ਸੁਖੀ ਰੰਦਾਵਾ ਦੇ ਪ੍ਰੈਸ਼ਰ ਦੇ ਵਿੱਚ ਇਹਨਾਂ ਨੇ ਤਿੰਨ ਡੀਜੀਪੀ ਬਦਲੇ ਨਹੀਂ ਕਿਸੇ ਨੇ ਹਾਮੀ ਭਰੀ ਐਸਐਸਪੀ ਕਿਸੇ ਹਾਮੀ ਨਹੀਂ ਭਰੀ ਡਾਇਰੈਕਟ ਜਿਹੜਾ ਡੀਜੀਪੀ ਦੇ ਅੰਡਰ ਥਾਣੇ ਆਉਂਦੇ ਆ ਸਟੇਟ ਕਰਾਇਮ ਉਹਦੇ ਚ ਐਫਆਈਆਰ ਦਰਜ ਕੀਤੀ ਗਈ ਆ ਸਿੱਧੀ ਜਿਹਦਾ ਐਸਐਸਪੀ ਸਮਝ ਲਓ ਡੀਜੀਪੀ ਹੁੰਦਾ ਕਿਉਂਕਿ ਕਿਸੇ ਐਸਐਸਪੀ ਨੇ ਹਾਮੀ ਨਹੀਂ ਭਰੀ ਇਹ ਇਹਨਾਂ ਨੇ ਜਿਹੜਾ ਕੰਮ ਕੀਤਾ ਫੇਕ ਪਹਿਲਾਂ ਮੈਂ ਇਹਦੀ ਨਿੰਦਾ ਕਰਦਾ ਪੋਲਿਟੀਕਲ ਜਿਹੜਾ ਵਾ ਰਾਜਨੀਤੀ ਚੱਲਦੀ ਰਹਿੰਦੀ ਆ ਰਾਜਨੀਤਿਕ ਵੈਂਡੇਟਾ ਜਿਹੜਾ ਵਾ ਨਾ ਇਹ ਬਹੁਤ ਮਹਿੰਗਾ ਪੈਂਦਾ ਹੁੰਦਾ ਬਾਦਲ ਸਾਹਿਬ ਨੇ 10 ਸਾਲ ਸਰਕਾਰ ਚਲਾਈ ਹੈ ਉਹ ਏਡੇ ਦਰਿਆਦਿਲ ਬੰਦੇ ਸੀ ਉਹਨਾਂ ਨੇ ਕਿਸੇ ਦੇ ਉੱਤੇ ਕੋਈ ਪੋਲਿਟੀਕਲ ਵੈਂਡੇਟੇ ਦੇ ਅਧੀਨ ਕੋਈ ਪਰਚਾ ਕੋਈ ਜਿਹੜਾ ਕੋਈ ਸਗੋਂ ਆਉਂਦਾ ਸੀ ਨਾ ਕਿਸੇ ਵੇਲੇ ਕਾਂਗਰਸ ਦਾ ਮੈਂ ਵੇਖਦਾ ਰਿਆਂ ਵਿਧਾਨ ਸਭਾ ਦੇ ਬੋਲਦੇ ਕਾਂਗਰਸ ਦਾ ਕੋਈ ਬੋਲਦਾ ਸਾਡੇ ਬੰਦਿਆਂ ਦੇ ਵੀ ਕੋਈ ਆ ਮਾੜਾ ਮੋੜ ਦਿਆਂਦੇ ਸੀ ਮੇਰ ਕੋ ਆ ਜਿਓ ਉਹ ਆਪ ਖਾਰਜ ਕਰਾਉਂਦੇ ਸੀ ਇਹੋ ਜੇ ਤੇ ਇਹਨਾਂ ਨੇ ਇਹ ਜਿਹੜਾ ਆਪਣੀ ਸਰਕਾਰ ਬਣਾਉਣ ਦੇ ਚੱਕਰ ਚ ਸੈਂਟਰ ਦੇ ਦਬਾਅ ਚ ਨਵਜੋਤ ਸਿੱਧੂ ਦੇ ਦਬਾਅ ਚ ਜਿਹਦਾ ਕਿ ਪੰਜਾਬ ਚ ਵजूद ਹੀ ਖਤਮ ਹੋ ਗਿਆ ਹੰਕਾਰ ਦੀ ਮੂਰਤ ਜਿੰਨੂੰ ਕੋਈ ਮੰਦਾ ਨਹੀਂਗਾ ਜਿਹਦੇ ਕਮੈਂਟਸ ਜਿਹਦੇ ਥੱਲੇ ਐਨੇ ਮਾੜੇ ਆਉਂਦੇ ਹਨ ਨਵਜੋਤ ਸਿੰਘ ਸਿੱਧੂ ਦੇ ਤੁਸੀਂ ਵੇਖੋ ਵੀ ਕੀ ਹਾਲਿਆ ਤੇ ਉਹਨੇ ਪ੍ਰੈਸ਼ਰ ਪਾ ਕੇ ਪਹਿਲਾਂ ਏਜੀ ਬਦਲਵਾਇਆ ਫਿਰ ਡੀਜੀ ਦੋ ਤਿੰਨ ਨੇ ਨਾ ਕਰਤੀ ਫਿਰ ਇਹਨੂੰ ਲਵਾ ਕੇ ਜਿਹਦੇ ਪਤਾ ਨਹੀਂ ਦੋ ਚਾਰ ਪੰਜ ਦਿਨ ਕਿ 10 ਦੇਣਿਆ ਕਿਉਂਕਿ ਇਹਨਾਂ ਦਾ ਤੇ ਪੈਨਲ ਚ ਨਾ ਹੀ ਨਹੀਂ ਗਿਆ ਡੀਜੀਪੀ ਲੱਗਣ ਵਾਸਤੇ ਜਿਹੜਾ ਹੈ ਪਰ ਇਹ ਆ ਕਿ ਇਹ ਜੋ ਇਹਨਾਂ ਨੇ ਕੰਮ ਕੀਤਾ ਇਹ ਇਹਨਾਂ ਨੂੰ ਪੁੱਠਾ ਪਾਊਗਾ ਪੰਜਾਬ ਦੀ ਜਨਤਾ ਸਮਝ ਚੁੱਕੀ ਆ ਸਥਾਨਾਂ ਦੀ ਜਿੱਦੀ ਚਿੱਠੀ ਨੇ ਇਹਨਾਂ ਦਾ ਪੋਰ ਪਹਿਲਾਂ ਹੀ ਖੋਲਤਾ ਸੀ ਫਿਰ ਉਹਦੇ ਤੇ ਉਹਦੇ ਚ ਜਿਹੜੇ ਕੇਸ ਸੀਗੇ ਜਿਹੜੇ ਇਹ ਡਰੱਗ ਵਾਲੇ ਕੇਸ ਐ ਤੇ ਕੋਰਟ ਦੇ ਵਿੱਚ ਇਸ ਵੇਲੇ ਆਰਡਰ ਤੇ ਆ ਤੇ ਉਹਨਾਂ ਦਾ ਤੇ سزا ਤੇ ਆਉਣ ਵਾਲੀ ਆ ਜਿਹਦੇ ਚ ਵਿਕਰਮਜੀਠੀ ਦਾ ਕੋਈ ਨਾਂ ਨਹੀਂ ਕੋਈ ਇਨਕੁਆਰੀ ਚ ਨਾਂ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇ ਇਹ ਜਿਹੜਾ ਫੇਕ ਇਹਨਾਂ ਨੇ ਪਰਚਾ ਦਰਜ ਕੀਤਾ ਪੰਜਾਬ ਦੀ ਜਨਤਾ ਸਮਝਦੀ ਆ ਕਿ ਜਿੰਨੇ ਪਹਿਲਾਂ ਤੇ ਇਹ ਝੂਠੇ ਲਾਰੇ ਲਾ ਰਹੇ ਆ 36 ਹਜ਼ਾਰ ਮੁਲਾਜ਼ਮ ਪੱਕੇ ਆ ਕਰਤਾ ਉਹ ਕਰਤਾ ਉਹਦੇ ਨਾਲ ਵੀ ਝੂਠਾ ਨਾ ਗੱਲ ਨਹੀਂ ਬੰਦੇ ਪਈ ਡਰਾਮਿਆਂ ਨਾਲ ਗੱਲ ਨਹੀਂ ਬੰਦੀ ਪਈ ਇਹਨਾਂ ਨੂੰ ਲੱਗਾ ਸ਼ਾਇਦ ਅਸੀਂ ਇਹ ਜਿਹੜਾ ਵਾ ਇਹ ਕੰਮ ਕਰ ਦਈਏ ਤੇ ਸ਼ਾਇਦ ਇਹ ਦੁਬਾਰਾ ਸਰਕਾਰ ਚ ਆ ਜੀਏ ਸਰਕਾਰ ਸਰਪੂਰ ਚ ਕੁਝ ਨਹੀਂ ਆਉਣਾ ਪਰ ਇਹ ਕੰਮ ਇਹਨਾਂ ਨੂੰ ਮਹਿੰਗਾ ਪੈਣਾ ਕਿਉਂਕਿ ਇਹ ਜਾਣ ਵਾਲੇ ਆ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਵਾਲੀ ਹੈ ਜਿਹੜੇ ਆਫੀਸਰ ਜਾਂ ਜਿਹੜੇ ਇਹਨਾਂ ਲੀਡਰਾਂ ਨੇ ਇਹ ਕੰਮ ਕੀਤਾ ਇਹ ਇਹਨਾਂ ਨੂੰ ਪੁੱਠਾ ਪੈਣਾ ਤੇ ਅਸੀਂ ਆ ਕੇ ਫਿਰ ਅਸੀਂ ਵੇਖ ਲਾਂਗੇ ਕਿ ਜੋ ਇਹਨਾਂ ਨੇ ਕੀਤਾ ਬਾਕੀ ਕੋਰਟ ਨੇ ਫੈਸਲਾ ਕਰ ਹੀ ਦੇਣਾ ਕੋਰਟ ਨੇ ਤਾਂ ਫੈਸਲਾ ਕਰ ਦੇਣਾ ਕਿਉਂਕਿ ਉਹਦੇ ਚ ਹੈ ਹੀ ਕੁਝ ਨਹੀਂ ਤੇ ਬਾਕੀ ਇਹ ਆ ਵੀ ਇਹਨਾਂ ਦੇ ਲੋਕਾਂ ਨੂੰ ਵੈਸੇ ਹੀ ਸਮਝ ਆ ਗਈ ਜਦੋਂ ਅਸਥਾਨਾ ਜੀ ਦੀ ਚਿੱਠੀ ਬਾਹਰ ਆ ਗਈ ਵੀ ਉਹਨਾਂ ਦੇ ਕੋਈ ਕੇਸ ਨਹੀਂ ਬੰਦਦਾ ਤੇ ਜ਼ਬਰਦਸਤੀ ਪ੍ਰੈਸ਼ਰ ਦੇ ਵਿੱਚ ਕਿੰਨੇ ਅਫਸਰਾਂ ਨੂੰ ਵੀ ਤੋਹੀ ਕਰੋ ਤੁਸੀਂ ਕਰੋ ਕੋਈ ਨਹੀਂ ਮੰਨਿਆ ਤੇ ਡੀਜੀਪੀ ਨੇ ਆਪਣੇ ਅੰਡਰ ਜਿਹੜਾ ਥਾਣਾ ਉਹਦੇ 'ਚ ਕੇਸ ਦਰਜ ਕਰਾਇਆ ਇਹ ਸ਼ਰਮ ਹੋਣੀ ਚਾਹੀਦੀ ਹੈ ਸਰਕਾਰ ਨੂੰ ਇੰਨੇ ਘਟੀਆਂ ਹੱਥ ਕੰਡੇ ਵਰਤ ਰਹੇ ਆਏ ਇੰਨੀ ਘਟੀਆਂ ਪੋਲਿਟਿਕਸ ਦੇ ਉੱਤੇ ਆਏ ਆਏ ਜਿਹਦੇ ਜਿਹਦੇ ਮਹੀਨਾ ਮੇਰੇ ਖਿਆਲ 10 ਕੇ 15 ਦਿਨ ਕੋਟ ਲੱਗਣ ਚ ਰਹਿ ਗਏ ਆ ਤੇ ਹੁਣ ਇਹਨਾਂ ਨੂੰ ਚੇਤਾ ਆਇਆ 5 ਸਾਲ ਕੀ ਕਰਦੇ ਰਹੇ ਜੇ ਹੈ ਸੀ ਕੁਛ ਉਦੋਂ ਕੱਢ ਦੇ ਇਹ ਚੀਜ਼ਾਂ ਲੋਕੀ ਸਮਝਦੇ ਆ ਇਹਨੂੰ ਜਵਾਬ ਦੇਣਗੇ ਥੈਂਕ ਯੂ ਥੈਂਕ ਯੂ ਹਾਈ ਅੱਜ ਦੀ ਜਿਹੜੀ ਅੰਮ੍ਰਿਤਸਰ ਸ਼ਹਿਰੀ ਤੇ ਦਿਹਾਤੀ ਦੀ ਜਿਹੜੀ ਮੀਟਿੰਗ ਹੋਈ ਆ ਮੇਨ ਅਹੁਦੇਦਾਰ ਹਲਕਾ ਇੰਚਾਰਜਾਂ ਦੀ ਸਾਡੇ ਯੂਥ ਦੇ ਪ੍ਰਧਾਨਾਂ ਦੀ ਐਸ.ਓ.ਆਈ ਦੇ ਤੇ ਵਿੰਗਾਂ ਦੇ ਜਿਹੜੇ ਪ੍ਰਧਾਨ ਸੀ ਇੱਕ ਸਰਦਾਰ ਬਿਕਰਮਜੀਤ ਸਿੰਘ ਦੇ ਉੱਪਰ ਜਿਹੜਾ ਇਹਨਾਂ ਨੇ ਗਲਤ ਪਰਚਾ ਕੀਤਾ ਬਹੁਤ ਹੀ ਗਲਤ ਜਿਹੜੇ ਇਲਜ਼ਾਮ ਲਾਏ ਨੇ ਉਹ ਅਸੀਂ ਉਹਦਾ ਵਿਰੋਧ ਕਰਦੇ ਆਂ ਤੇ ਇੱਕ ਬਹੁਤ ਹੀ ਵਿਸ਼ਾਲ ਜਿਹੜਾ ਪ੍ਰੋਟੈਸਟ ਹੈਗਾ 24 ਤਰੀਕ ਨੂੰ ਪੂਰੇ 11:30 ਵਜੇ ਜਿਹੜਾ ਜੁਡੀਸ਼ੀਅਲ ਕੰਪਲੈਕਸ ਹੈਗਾ ਆਪਣਾ ਅੰਮ੍ਰਿਤਸਰ ਦਾ ਕਚੈਰੀ ਚੌਂਗ ਦਾ ਪਰਲੇ ਪਾਸੇ ਗਵਰਨਮੈਂਟ ਕਾਲੇ ਵਾਲਾ ਜਿਹੜਾ ਹੈਗਾ ਜਿੱਥੇ ਨਵਾਂ ਜੁਡੀਸ਼ੀਅਲ ਕੰਪਲੈਕਸ ਬਣਿਆ ਉਹਦੇ ਬਾਹਰ ਇੱਕ ਵਿਸ਼ਾਲ ਜਿਹੜਾ ਪ੍ਰੋਟੈਸਟ ਕੀਤਾ ਜਾਊਗਾ ਸੋ ਸਾਰੇ ਹਲਕਾ ਇੰਚਾਰਜਾਂ ਨੇ ਆਪਣੀ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਵੱਤਵਾ ਸੰਗਤ ਲਿਆਉਣ ਦੀ ਕੀਤੀ ਆ ਇਹ ਕਾਂਗਰਸ ਸਰਕਾਰ ਨੂੰ ਇਸ ਚੰਨੀ ਸਰਕਾਰ ਨੂੰ ਨਵਜੋਤ ਸਿੱਧੂ ਨੂੰ ਤੇ ਸੁਖੀ ਰੰਧਾਵੇ ਨੂੰ ਜਿਹੜਾ ਇਹਨਾਂ ਨੇ ਗਲਤ ਸ਼ਰੂਮ ਨਹੀਂ ਅਕਾਲੀ ਦਲ ਦੇ ਜੁਝਾਰੂ ਸਾਡੇ ਲੀਡਰ ਬਿਕਰਮਜੀਠੀਆ ਤੇ ਨਾਜਾਇਜ਼ ਜਿਹੜਾ ਰੱਗ ਦਾ ਪਰਚਾ ਪਾਇਆ ਕਿਉਂਕਿ ਅੱਗੇ ਵੀ ਕੇਜਰੀਵਾਲ ਨੇ ਮਾਫੀ ਮੰਗੀ ਆ ਉਸ ਕੇਸ ਦੇ ਵਿੱਚੋਂ ਲੱਭਣਾ ਇਹਨਾਂ ਨੂੰ ਕੁਛ ਨਹੀਂ ਪਰ ਸਾਡੇ ਵਰਕਰ ਪਰਚਿਆਂ ਦੀ ਪ੍ਰਵਾਹ ਨਹੀਂ ਕਰਦੇ ਤਕੜੇ ਹੋ ਕੇ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਜਾਣਦੇ ਆ ਤੇ 2022 ਦੇ ਵਿੱਚ ਵੋਟਾਂ ਦੇ ਰੂਪ ਦੇ ਵਿੱਚ ਵੀ ਸ਼੍ਰੋਮਣੀ ਕਾਲਦਲ ਦੀ ਸਰਕਾਰ ਬਣਾ ਕੇ ਇਹਦਾ ਜਵਾਬ ਤਕੜੇ ਹੋ ਕੇ ਮਜੀਠਾ ਹਲਕੇ ਦੇ ਲੋਕ ਤੇ ਪੰਜਾਬ ਦੇ ਲੋਕ ਦੇਣਗੇ। ਮੇਰੀ ਸਮੂਹ ਸੰਗਤ ਅੱਗੇ ਬੇਨਤੀ ਆ ਵੀ ਤਕੜੇ ਹੋ ਕੇ 24 ਤਰੀਕ ਵਾਲੇ ਦਿਨ 11:30 ਪਾਉਣੇ 12 ਵਜੇ ਦੇ ਵਿੱਚ ਵਿੱਚ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਫਤ ਹੈ। ਵਾਹਿਗੁਰੂ ਜੀ ਕਾ